ਸਸ਼ਿਕਾਲ ਫਿਲਮੀ ਜੰਕਸ਼ਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਟੈਲੀਵਿਜ਼ਨ ਮੂਵੀ ਜੋ ਹਾਲੀ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਮੂਵੀ ਦਾ ਇੱਕ ਗਾਣਾ ਜਿਹੜਾ ਅੱਜ ਰਿਲੀਜ਼ ਕੀਤਾ ਗਿਆ ਇਸ ਦਾ ਇੱਕ ਟ੍ਰੇਲਰ ਜਿਹੜਾ ਆ ਉਹ 2 ਦਿਨ ਪਹਿਲਾਂ ਜਿਹੜਾ ਰਿਲੀਜ਼ ਕੀਤਾ ਗਿਆ ਸੀ YouTube ਤੇ ਜਿਸ ਦੇ ਵਿਊਜ਼ 10 ਮਿਲੀਅਨ ਹੋ ਚੁੱਕੇ ਨੇ ਤੇ 2 ਦਿਨ ਤੱਕ ਉਹ ਗਾਣਾ ਜਿਹੜਾ ਟ੍ਰੇਲਰ ਉਹ ਟ੍ਰੈਂਡਿੰਗ ਤੇ ਬਣਿਆ ਹੋਇਆ ਸੀ ਤੇ ਅੱਜ ਆਖਰਕਾਰ ਇੱਕ ਗਾਣਾ ਜਿਹੜਾ YouTube ਤੇ ਰਿਲੀਜ਼ ਕਰ ਦਿੱਤਾ ਗਿਆ ਤੇ ਇਸ ਗਾਣੇ ਦਾ ਨਾਮ ਪਤਾ ਨਹੀਂ ਹਾਨਦੀਏ ਅੱਜ ਕੱਲ ਪਤਾ ਨਹੀਂ ਹਾਨਦੀਏ ਨਹੀਂ ਦਿਲ ਉੱਟ ਜੂਟ ਜੂ ਕਰਦਾ ਏ ਇਸ ਗਾਣੇ ਦੀ ਜਿਹੜੀ ਫਿਲਮਾਈ ਆ ਨਾ ਜਿਸ ਤਰੀਕੇ ਨਾਲ ਇਸ ਗਾਣੇ ਨੂੰ ਫਿਲਮਾਇਆ ਗਿਆ ਉਹ ਬੇਹਦੀ ਕਾਬਿਲ ਹੈ ਗੌਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਪੁਰਾਣੇ ਦੌਰ ਦੀ ਯਾਦ ਜ਼ਰੂਰ ਆ ਜਾਵੇਗੀ ਕਿਸ ਤਰੀਕੇ ਦੇ ਨਾਲ ਅਸੀਂ ਪੁਰਾਣੇ ਸਮੇਂ ਦੇ ਵਿੱਚ ਤੇਰੇ ਲਈ ਜੋੜੀਆਂ ਤੁਮਾਨੂੰ ਦਿਨ ਵਿੱਚ ਸੌ ਵਾਰੀ ਤੱਕ ਦੀਆ ਦੇ ਵਿੱਚ ਹੱਥ ਦੇ ਨਾਲ ਮਹਿੰਦੀ ਲਾਉਂਦੇ ਹੁੰਦੇ ਸੀ ਤੁਸੀਂ ਗਾਣਾ ਸੁਣਿਆ ਨਹੀਂ ਸੁਣਿਆ ਤੇ ਤੁਸੀਂ YouTube ਤੇ ਜਾ ਕੇ ਗਾਣਾ ਸੁਣ ਸਕਦੇ ਹੋ ਇਸ ਗਾਣੇ ਦੀ ਜੇਕਰ ਗੱਲ ਕਰੀਏ ਤਾਂ ਜੋ ਫਿਲਮਾਇਆ ਗਿਆ ਪੁਰਾਣੇ ਦੌਰ ਦੀ ਤੁਹਾਨੂੰ ਯਾਦ ਆਵੇਗੀ ਤੇ ਫਿਲਮ ਜਿਸ ਦੇ ਵਿੱਚ ਲੀਡ ਰੋਲ ਨੇ ਨਿਭਾਰੇ ਨੇ ਕੁਲਵਿੰਦਰ ਬਿੱਲਾ ਤੇ ਨਾਲ ਮੈਂਡੀ ਟੱਕਰ ਇਸ ਦੇ ਵਿੱਚ ਇਹ ਦੋਨੋਂ ਮੇਨ ਰੋਲ ਕੇ ਕਿਰਦਾਰਾਂ ਬਾਰੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਇਸ ਦੇ ਵਿੱਚ ਬਹੁਤ ਹੀ ਸਾਰੇ ਜੋ ਪੁਰਾਣੇ ਪੁਰਾਣੇ ਯਾਦਾਂ ਨੇ ਉਹ ਤਾਜ਼ੇ ਹੋ ਜਾਣਗੇ ਟੈਲੀਵਿਜ਼ਨ ਚ ਆਉਣ ਵਾਲੇ ਜਿਹੜੇ ਨਿੱਕੇ ਨਿੱਕੇ ਜੇ ਬੰਦੇ ਨੇ ਨਾ ਇਹ ਕਿਹੜੇ ਮੁਲਕ ਦੇ ਆ ਧਰਤੀ ਦੇ ਥੱਲੇ ਨਿੱਕੇ ਨਿੱਕੇ ਗਿਠਮੁਠੇ ਹੁੰਦੇ ਆ ਉਹੀ ਨੇ ਆ ਜਿਹੜੇ ਗਿਠਮੁਠੇ ਜਿਹਨੇ ਡੱਬੇ ਚੋਂ ਤਾਂ ਬਾਹਰ ਆ ਕੇ ਜੰਗਲ ਪਾਣੀ ਪੀਂਦੇ ਹੋਣੇ ਉਹ ਬਾਹਰ ਕੰਨੋਂ ਆਉਂਦੇ ਆ ਇਹ ਤਾਂ ਅੰਦਰੇ ਕਰ ਲੈਂਦੇ ਨੇ ਜੀ ਹਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ ਤੁਹਾਡੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਪੁਰਾਣੇ ਦੌਰ ਦੇ ਵਿੱਚ ਜਿਸ ਦੇ ਘਰ ਦੇ ਵਿੱਚ ਟੀਵੀ ਹੁੰਦਾ ਸੀ ਉਹਨਾਂ ਕੋਲ ਜਾ ਕੇ ਅਸੀਂ ਪਾਵੇਂ ਥੱਲੇ ਕਿਉਂ ਨਾ ਬੈਠਣਾ ਪਵੇ ਅਸੀਂ ਥੱਲੇ ਬਹਿ ਕੇ ਟੀਵੀ ਦੇਖਦੇ ਹੁੰਦੇ ਸੀ ਤੇ ਮਜ਼ੇ ਲੈਂਦੇ ਸੀ ਉਸੇ ਤਰੀਕੇ ਦੇ ਨਾਲ ਟੈਲੀਵਿਜ਼ਨ ਮੂਵੀ ਜੋ ਆ ਉਹ ਤੁਹਾਨੂੰ ਪੁਰਾਣੇ ਦੌਰ ਦੀ ਯਾਦ ਦਿਵਾਵੇਗੀ ਇਸ ਟੈਲੀਵਿਜ਼ਨ ਮੂਵੀ ਦੀ ਜੇਕਰ ਗੱਲ ਕਰੀਏ ਤਾਂ ਮੂਵੀ ਦੀ ਜੋ ਪਿਕਚਰਾਇਜ਼ੇਸ਼ਨ ਕੀਤੀ ਗਈ ਆ ਉਹ ਤਸਵੀਰਾਂ ਬੋਲਦੀਆਂ ਨੇ ਕਿਉਂ ਕਿਉਂਕਿ ਜਦੋਂ ਅਸੀਂ ਪੁਰਾਣੇ ਦੌਰ ਦੇ ਵਿੱਚ ਟੈਲੀਵਿਜ਼ਨ ਦੇਖਦੇ ਹੁੰਦੇ ਸੀ ਤਾਂ ਜੋ ਤਸਵੀਰਾਂ ਸੀ ਬਲੈਕ ਐਂਡ ਵਾਈਟ ਦੇ ਵਿੱਚ ਉਹ ਵੀ ਬੋਲਦੀਆਂ ਸੀ ਤੇ ਇਸ ਦੇ ਵਿੱਚ ਜਦੋਂ ਤੁਸੀਂ ਮੂਵੀ ਦੇਖਣ ਜਾਓਗੇ ਜੋ ਮੂਵੀ 24 ਜੂਨ ਨੂੰ ਰਿਲੀਜ਼ ਹੋ ਰਹੀ ਹੈ ਤੁਸੀਂ ਮੂਵੀ ਦੇਖੋਗੇ ਤਾਂ ਤੁਹਾਨੂੰ ਪੁਰਾਣੇ ਦੌਰ ਦੀ ਯਾਦ ਜ਼ਰੂਰ ਆਵੇਗੀ ਫਿਲਹਾਲ ਜਿਹੜਾ ਇਹ ਗਾਣਾ ਹੈ ਇਸ ਗਾਣੇ ਦੀ ਜਿਹੜੀ ਤਾਰੀਫ ਜਿੰਨੀ ਵੀ ਕੀਤੀ ਜਾਵੇ ਘਟ ਹੈ ਆਈ ਨਹੀਂ ਉਹ ਹੜ ਜਾ ਯਾਰ ਆ ਗਈ ਤਾਂ ਦੱਸ ਦੂੰ ਤੈਨੂੰ ਜਲੰਧਰ ਕਿ ਨਹੀਂ ਕਰਦਾ ਲੈ ਹੁਣ ਦੇਖ ਆ ਗਈ ਓਏ ਆ ਗਈ ਓਏ ਕਿ ਇਹ ਗਾਣਾ ਬਹੁਤ ਹੀ ਸੋਧਿੰਗ ਹੈ ਤੇ ਨਾਲ ਜੋ ਪਿਕਚਰਾਈਜੇਸ਼ਨ ਕੀਤੀ ਗਈ ਹੈ ਨਾ ਦੇਖ ਕੇ ਤਾਂ ਆਨੰਦ ਆ ਗਿਆ। ਇਹ ਗਾਣਾ ਜਿਹੜਾ ਉਹ ਗਾਇਆ ਹੈ ਕੁਲਵਿੰਦਰ ਬਿੱਲਾ ਨੇ ਆਪ ਹੀ ਗਾਣਾ ਗਾਇਆ ਹੈ ਤੇ ਹੁਣ ਇਹ ਗਾਣਾ YouTube ਤੇ ਰਿਲੀਜ਼ ਹੋ ਗਿਆ ਹੈ। ਜੋ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਤੇ ਨਾਲ ਤੁਸੀਂ ਵੀ YouTube ਤੇ ਜਾ ਕੇ ਇਸ ਗਾਣੇ ਨੂੰ ਸੁਣ ਸਕਦੇ ਹੋ, ਇੰਜੋਏ ਕਰ ਸਕਦੇ ਹੋ ਤੇ ਨਾਲ ਹੀ 24 ਜੂਨ ਜਿਸ ਦਿਨ ਇਹ ਮੂਵੀ ਰਿਲੀਜ਼ ਹੋਣ ਵਾਲੀ ਹੈ, ਥੀਏਟਰ ਦੇ ਵਿੱਚ ਜਾ ਕੇ ਮੂਵੀ ਤੁਸੀਂ ਜ਼ਰੂਰ ਦੇਖੋ। ਫਿਲਹਾਲ ਇਸ ਵੀਡੀਓ ਦੇ ਵਿੱਚ ਨਹੀਂ ਤਾਜ਼ਾਤਰੀਨ ਖਬਰਾਂ ਦੇ ਲਈ ਤੇ ਐਂਟਰਟੇਨਮੈਂਟ ਨਿਊਜ਼ ਦੇ ਲਈ ਜੁੜੇ ਰਹੋ ਫਿਲਮ ਜੰਕਸ਼ਨ ਦੇ ਨਾਲ